ਫਾਈਨਲੀ ਆਪਾਂ ਪਹੁੰਚ ਗਏ ਆ ਬਾਬਾ ਸ਼੍ਰੀ ਚੰਦ ਜੀ ਜਿਹੜਾ ਸਥਾਨ ਹੈ ਉੱਥੇ ਮਿਲ ਕੇ ਮਗਰ ਵੇਖ ਰਹੇ ਹੋ ਗੱਡੀ ਉੱਧਰ ਲਾਤੀ ਮੈਂ ਹੁਣ ਅੰਦਰ ਜਾ ਕੇ ਦਰਸ਼ਨ ਕਰਾਂਗੇ ਮੱਥਾ ਟੇਕਦੇ ਆ ਤੇ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਇਹ ਮੈਂ ਵੀਡੀਓ ਜਿਹੜੀ ਆ ਦੋਵਾਂ ਹੀ ਚੈਨਲਾਂ ਤੇ ਪਾਵਾਂਗਾ ਆਪਣੇ ਗੁਰੀ ਟੂਰਿਜ਼ਮ ਤੇ ਵੀ ਤੇ ਜਿਹੜਾ ਮੇਰਾ ਧਾਰਮਿਕ ਚੈਨਲ ਆ ਤੁਸੀਂ ਉੱਤੇ ਵੀ ਟਾਈਮਲੈਸ ਗੁਰੂ ਤੇ ਵੀ ਤੁਸੀਂ ਇਹ ਵੀਡੀਓ ਜਿਹੜੀ ਆ ਉਹ ਵੇਖ ਸਕਦੇ ਹੋ 530 ਸਾਲ ਦੇ ਕਰੀਬਨ ਹੋ ਕੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਜਨਮ ਨੂੰ ਤੇ ਇਹ ਜਿਹੜਾ ਬੋਰਡ ਆ ਇਹ ਉਸ ਸਮੇਂ ਦਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਸਮੇਂ ਦਾ ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਸਭ ਤੋਂ ਪੁਰਾਣਾ ਜਿਹੜਾ ਇਹ ਬੋਰਡ ਆ ਆਹ ਜਿਹੜਾ ਤੁਸੀਂ ਵੇਖ ਰਹੇ ਹੋ ਤੇ ਜੜ੍ਹਾਂ ਇਹਦੀਆਂ ਵੇਖੋ ਆ ਸਾਰੀਆਂ ਇਹਦੀਆਂ ਜੜ੍ਹਾਂ ਵਾਂ ਜਿਹੜੀਆਂ ਟਾਹਣਿਆਂ ਦੇ ਵਿੱਚੋਂ ਲੱਗੀਆਂ ਸੀ ਜ਼ਮੀਨ ਦੇ ਉੱਪਰ ਵੈਸੇ ਜਿਹੜਾ ਮੇਨ ਮੋਢਿਆ ਇਹਦਾ ਉਹ ਪਿਛਲੇ ਪਾਸੇ ਆ ਤਾਂ ਉਹ ਵੇਖੋ ਸਾਰੀਆਂ ਲੰਮੀਆਂ ਆਉਂਦੀਆਂ ਠਾਹ ਨੂੰ ਇਹ ਸਾਰੀਆਂ ਥੱਲੇ ਜੜ੍ਹਾਂ ਆ ਰਹੀਆਂ ਅਤੇ ਜ਼ਮੀਨ ਦੇ ਵਿੱਚ ਲੱਗੀਆਂ ਅਤੇ ਇੱਧਰ ਨੂੰ ਵੀ ਬੜੇ ਬੜੇ ਲੰਮੇ ਟਾਹਣੇ ਤਕਰੀਬਨ ਅੱਧੇ ਕੁ ਕਿੱਲੇ ਦੇ ਵਿੱਚ ਇਹ ਬੋਰਡ ਆ ਅਤੇ ਆਹ ਵੇਖੋ ਜਿਵੇਂ ਆਹ ਟਾਹਣਾ ਆਇਆ ਅਤੇ ਇਸ ਟਾਹਣੇ ਦੇ ਵਿੱਚ ਇੱਥੋਂ ਥੱਲੇ ਤੋੜੇ ਪਏ ਆ ਸਾਹਮਣੇ ਇਹਨਾਂ ਦੇ ਵਿੱਚ ਆ ਕੇ ਜੜ੍ਹਾਂ ਲੱਗ ਗਈਆਂ ਇਸੇ ਤਰੀਕੇ ਨਾਲ ਚਾਰ ਚੁਫੇਰੇ ਜੜ੍ਹਾਂ ਲੱਗੀਆਂ ਇਹਦੀਆਂ ਬੋਰਡ ਦੀਆਂ ਉਹ ਅੱਗੇ ਤੱਕ ਇਹ ਬੋਰਡ ਆ ਅਤੇ ਲੋਕੇਸ਼ਨ ਇਹਦੀ ਬਟਾਲੇ ਤੋਂ ਜਦੋਂ ਫਤਿਹਗੜ੍ਹ ਚੂੜੀਆਂ ਜਾਂਦੇ ਆ ਅਤੇ ਖੱਬੇ ਪਾਸੇ ਨੂੰ ਨਾਨਕ ਚੱਕ ਆਉਂਦਾ ਘਣੀਆਂ ਕੇ ਬਾਂਗਰ ਤੋਂ ਪਹਿਲਾਂ ਅਤੇ ਇੱਧਰਲਾ ਦੂਜਾ ਪਾਸਾ ਜਿਹੜੀ ਦੂਜਾ ਸਾਈਡ ਆ ਮਗਰਲੇ ਪਾਸੇ ਆਪਾਂ ਚੱਲਦੇ ਹੁਣ ਅਤੇ ਮੇਰੇ ਮਗਰ ਤੁਸੀਂ ਵੇਖ ਰਹੇ ਹੋ ਬੋਰਡ ਜਿੱਦਾਂ ਮਗਰਲਾ ਹਿੱਸਾ ਇੱਧਰੋਂ ਆਪਾਂ ਐਂਟਰ ਕੀਤਾ ਸੀ ਇਸ ਜਗ੍ਹਾ ਤੋਂ ਇੱਧਰੋਂ ਐਂਟਰ ਕਰਕੇ ਅਤੇ ਇਹ ਮੰਦਰ ਹੋ ਗਿਆ ਮਗਰ ਇੱਧਰੋਂ ਅਤੇ ਆਹ ਵਾਲੀ ਜਗ੍ਹਾ 'ਤੇ ਬੋਰਡ ਆ ਅਤੇ ਬੜਾ ਨਾ ਸ਼ਾਂਤ ਜਿਹਾ ਮਾਹੌਲ ਆ ਇੱਥੇ ਬੜਾ ਸਕੂਨ ਜਿਹਾ ਮਨ ਨੂੰ ਇੱਥੇ ਆਣ ਕੇ ਮਿਲਦਾ ਮਤਲਬ ਅਤੇ ਜਿੰਨੇ ਵੀ ਜਿਹੜਾ ਵੀ ਕੋਈ ਘੁੰਮਣ ਫਿਰਨ ਦਾ ਸ਼ੌਕੀਨ ਆ ਪੁਰਾਣੀਆਂ ਜਗ੍ਹਾ ਵੇਖਣ ਦਾ ਜਾਂ ਧਾਰਮਿਕ ਸਥਾਨ ਵੇਖਣ ਦਾ ਸ਼ੌਕੀਨ ਆ ਅਤੇ ਉਹ ਜਦੋਂ ਵੀ ਬਟਾਲੇ ਆਵੇ ਜਾਂ ਬਟਾਲਿਓਂ ਇੱਧਰਲੇ ਪਾਸੇ ਨੂੰ ਤਾਂ ਉਹ ਇੱਥੇ ਜ਼ਰੂਰ ਵਿਜ਼ਿਟ ਕਰ ਸਕਦਾ ਅਤੇ ਬਾਰ ਬਾਰ ਪਿੰਡ ਦੇ ਜਗ੍ਹਾ ਆਹ ਮੇਰੇ ਮਗਰ ਤੁਸੀਂ ਆਹ ਵੇਖੋ ਆਹ ਸਾਰਾ ਬੋਰਡ ਤੁਹਾਨੂੰ ਮੈਂ ਦਿਖਾਉਣਾ ਆਹ ਜੜ੍ਹਾਂ ਵੇਖੋ ਤੁਸੀਂ ਉੱਪਰੋਂ ਲੈ ਕੇ ਅਤੇ ਥੱਲੇ ਤੱਕ ਉਹ ਸਾਹਮਣੇ ਵਿੱਚ ਜੜ੍ਹਾਂ ਦੇ ਪੁਰਾਣਾ ਮੋਢ ਆ ਜਿਹੜਾ ਪੁਰਾਣਾ ਜੜ੍ਹ ਆ ਜਿਹੜੀ ਮੇਨ ਤਣਾ ਜਿਹੜਾ ਅਤੇ ਬੋਰਡ ਅਤੇ ਥੱਲੇ ਛਾਂ ਵਧੀਆ ਬਾਹਰ ਅਤੇ ਪੂਰੀ ਗਰਮੀ ਆ ਜੁਲਾਈ ਦਾ ਮਹੀਨਾ ਇੱਥੇ ਖੈਰ ਮੌਸਮ ਥੋੜ੍ਹਾ ਜਿਹਾ ਠੀਕ ਆ ਠੰਡਾ ਥੋੜ੍ਹਾ ਜਿਹਾ ਅਤੇ ਬੜਾ ਸ਼ਾਂਤੀ ਜਿਹਾ ਵਾਲਾ ਇਹ ਇਲਾਕਾ ਕੋਈ ਇੱਥੇ ਸ਼ੋਰ ਸ਼ਰਾਬਾ ਨਹੀਂ ਅਤੇ ਇੱਕ ਜਗ੍ਹਾ ਪਿੰਡ ਦੇ ਵਿੱਚ ਵੀ ਜਿਵੇਂ ਮੈਂ ਦੱਸਿਆ ਸੀ ਆਪਾਂ ਉੱਧਰ ਵੀ ਜਾਣਾ ਅਤੇ ਮੈਂ ਕਿਹਾ ਪਹਿਲਾਂ ਤੁਹਾਨੂੰ ਇਹ ਬੋਰਡ ਵਿਖਾ ਦਈਏ ਅਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਸਾਹਮਣੇ ਬੱਸ ਅੱਡਾ ਨਾਨਕ ਚੱਕ ਦਾ ਅਤੇ ਇੱਥੋਂ ਆਹ ਸਾਹਮਣੇ ਆ ਗੇਟ ਬਣਿਆ ਆਹ ਜਿਹੜਾ ਰੋਡ ਜਾ ਰਿਹਾ ਇਹ ਸਿੱਧਾ ਜਾ ਰਿਹਾ ਫਤਿਹਗੜ੍ਹ ਚੂੜੀਆਂ ਨੂੰ ਜਿਹੜੀ ਦੂਜੀ ਸਾਈਡ ਆ ਇਹ ਆ ਰਹੀ ਆ ਬਟਾਲੇ ਤੋਂ ਬਟਾਲਾ ਟੂ ਫਤਿਹਗੜ੍ਹ ਰੋਡ ਜਦੋਂ ਆਪਾਂ ਜਾਂਦੇ ਹਾਂ ਅਤੇ ਘਣੀਏ ਕੇ ਬਾਂਗਰ ਤੋਂ ਪਹਿਲਾਂ ਇਹ ਨਾਨਕ ਚੱਕ ਅੱਡਾ ਆਉਂਦਾ ਅਤੇ ਉੱਥੇ ਆਹ ਲੈ ਖੱਬੇ ਬੰਨੇ ਜਿਹੜੇ ਲੈਫਟ ਸਾਈਡ ਆ ਉੱਥੇ ਆਹ ਗੇਟ ਬਣਿਆ ਅਤੇ ਇਸ ਗੇਟ ਤੋਂ ਆਪਾਂ ਜਿਹੜਾ ਉਹ ਆਹ ਗੇਟ ਬਣਿਆ ਅਤੇ ਇਸ ਗੇਟ ਤੋਂ ਆਪਾਂ ਜਿਹੜਾ ਅੰਦਰ ਜਾਣਾ ਬੋਰਡ ਦੇਖ ਲਿਆ ਅਤੇ ਹੁਣ ਜਾਣਾ ਪਿੰਡ ਜਿਹੜਾ ਅਸਥਾਨ ਆ ਉਹ ਵੇਖਣਾ ਜਾ ਕੇ ਇਹ ਅਸਥਾਨ ਆ ਪਿੰਡ ਵਾਲਾ ਮੇਨ ਇੱਥੋਂ ਗੇਟ ਆਪਾਂ ਅੰਦਰ ਦਾਖਲ ਹੋਣਾ ਇੱਧਰ ਕੰਮ ਚੱਲ ਰਿਹਾ ਮਿਸਤਰੀ ਲੱਗੇ ਆ ਅਤੇ ਇੱਧਰੋਂ ਸਾਹਮਣੇ ਆਪਾਂ ਐਂਟਰ ਕਰਨਾ ਸਾਹਮਣੇ ਐਂਟਰ ਕਰਕੇ ਅਤੇ ਇਸ ਪਾਸੇ ਨੂੰ ਅੱਗੇ ਜਾਣਾ ਅਤੇ ਇੱਧਰ ਵੀ ਆ ਸਾਹਮਣੇ ਜਿਹੜੇ ਬੋਰਡ ਆ ਵੇਖੋ ਤੁਸੀਂ ਸਾਰੇ ਬੋਰਡ ਦੇ ਬੋਰਡ ਹੀ ਇੱਧਰ ਵੀ ਆ ਪੂਰੇ ਇੱਧਰ ਫੈਲੇ ਆ ਅਤੇ ਪਾਸੇ ਨੂੰ ਅੱਗੇ ਇੱਧਰ ਨੂੰ ਉੱਧਰੋਂ ਆਹ ਵਾਲੇ ਪਾਸੇ ਨੂੰ ਵੀ ਸਾਰੇ ਇੱਧਰ ਆ ਇੱਧਰਲੇ ਪਾਸੇ ਲੰਗਰ ਵਾਲਾ ਇਹ ਸਥਾਨ ਇੱਧਰੋਂ ਆਪਾਂ ਐਂਟਰ ਕਰਦੇ ਹਾਂ ਇੱਧਰ ਐਂਟਰ ਕਰਕੇ ਇਹ ਸਿੱਧਾ ਇੱਧਰ ਅੱਗੇ ਆਪਾਂ ਜਾਣਾ ਅੱਗੇ ਇੱਧਰ ਇੱਧਰ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਇਹ ਪਾਸੇ ਅਤੇ ਹਾਂ ਇੱਧਰ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੇ ਨਾਲ ਹੀ ਇੱਕ ਆਹ ਸਥਾਨ ਹੈ ਇੱਥੇ ਵੀ ਬਾਬਾ ਸ਼੍ਰੀ ਚੰਦ ਜੀ ਦਾ ਸਰੂਪ ਬਣਾ ਕੇ ਬਣਾਇਆ ਅਤੇ ਸੰਗਤਾਂ ਆ ਕੇ ਇੱਥੇ ਮੱਥਾ ਟੇਕਦੀਆਂ ਦੂਜਾ ਨੰਬਰ ਕਮਰਾ ਇਹ ਵਾਲੀ ਸਾਈਡ ਆ ਅਤੇ ਇੱਥੇ ਦਰਸ਼ਨ ਕਰਦੀਆਂ ਅਤੇ ਇਹਦੇ ਨਾਲ ਹੀ ਇੱਧਰਲਾ ਪਾਸਾ ਅਤੇ ਸਾਰੇ ਉਦਾਸੀਨ ਸੰਪਰਦਾ ਜਿਹੜੀ ਚੱਲੀ ਆ ਰਹੀ ਆ ਉਹ ਇਹਦਾ ਸਾਰਾ ਪ੍ਰਬੰਧ ਚਲਾ ਰਹੀ ਆ ਔਰ ਸਾਹਮਣੇ ਮੰਤਾਂ ਦੀਆਂ ਯਾਦਗਾਰੀ ਜਿਹੜੀਆਂ ਉਹਨਾਂ ਦੀ ਤਸਵੀਰਾਂ ਲੱਗੀਆਂ ਮੰਤਾਂ ਦੀਆਂ ਅਤੇ ਇੱਧਰ ਆ ਫੁੱਲ ਬੂਟੇ ਰੱਖੇ ਆ ਅਤੇ ਇਹਦੇ ਨਾਲ ਹੀ ਇੱਕ ਸੱਜੇ ਬੰਨੇ ਆ ਸਾਹਮਣਾ ਕਮਰਾ ਇਹ ਵਾਲਾ ਇਹ ਵੀ ਸਮਾਧੀ ਆ ਸ਼੍ਰੀਮਾਨ ਮੰਤ ਬਾਬਾ ਹਰੀਦਾਸ ਜੀ ਦੀ ਅਤੇ ਇੱਥੇ ਇਹਨਾਂ ਦਾ ਵੀ ਸਰੂਪ ਬਣਾ ਕੇ ਰੱਖਿਆ ਇੱਥੇ ਵੀ ਸੰਗਤਾਂ ਆ ਕੇ ਮੱਥਾ ਟੇਕਦੀਆਂ ਇੱਥੋਂ ਮੱਥਾ ਟੇਕਣ ਤੋਂ ਬਾਅਦ ਖੱਬੇ ਪਾਸੇ ਨੂੰ ਆਪਾਂ ਜਦੋਂ ਘੁੰਮਦੇ ਹਾਂ ਕੂਲਰ ਲੱਗਾ ਅੱਗੇ ਕੂਲਰ ਵਾਲੀ ਸਾਈਡ ਇਸ ਪਾਸੇ ਨੂੰ ਜਾਂਦੇ ਹਾਂ ਅਤੇ
और सामने बाबा जी बैठे आ, इतने आके प्रसाद देंदे आ, जिहड़ा कोई लिया इतने प्रसाद फिर इन्हों देईदा ते अगे संगतां इतों प्रसाद वंडदे आ। तो उस तो बाद एक आ कमरा इतने भी मिस्त्री लगा दरवाजे ते, इतने जिहड़ा मेन धूणा वो इतने लगता खब्बे पासे बाबा श्री चंद जी का जिदा धूणा सीगा उस तरीके लाउंदे आ। भी तो जो भी वेखना चाहते इस स्थान मैं फिर दस दिना लोकेशन बटाले तो फतेहगढ़ चूड़िया जो आप जाने तो घनिया के बांगर तो पहला नानक चक पिंड आ उ स्थान आ। तो इतने ही वीडियो की समाप्ति, तुहानू वीडियो किवें दी लगी कमेंट सैक्शन में अपनी राय देनी। मिलते हैं जी अगली वीडियो के।